ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਉਹਦੇ ਬਾਰੇ
ਮਗਰ ਜਿਵੇਂ ਦੇਖੋ ਜੀ ਸੰਗਤਾਂ ਆਈਆਂ ਹੋਈਆਂ ਦੂਰ ਆਈਆਂ ਮੱਥਾ ਟੇਕਣ ਆਈਆਂ ਰਾਤ ਬਹੁਤ ਆ ਅਤੇ ਕਈ ਉਹਨਾਂ ਦੀ ਸਾਡਾ ਕੋਈ ਪਾਸ ਕੋਈ ਚੀਜ਼ ਹੋ ਆ ਜਾਂਦੀ ਕੋਈ ਚੀਜ਼ ਕੋਈ ਆਈ ਮਗਰ ਦੀ ਨਗਰੀ ਇੱਦਾਂ ਦੀ ਆ ਬੁੱਢਾ ਸਾਹਿਬ ਜੀ ਦਾ ਸਤਿਕਾਰ ਵਾਸਤੇ ਆਈ ਹੈ ਜੀ ਸੰਗਤ ਨਤਮਸਤਕ ਹੋਣ ਵਾਸਤੇ ਆਈ ਹੈ ਬਹੁਤ ਬਹੁਤ ਧੰਨਵਾਦ ਸੰਗਤ ਦਾ ਦਰਸ਼ਨ ਕਰ ਦਰਬਾਰ ਦਾ ਵੀ ਦੇਖੋ ਮਗਰ ਜਿਵੇਂ ਦੇਖੋ ਰੱਬ ਕਹਿੰਦੇ ਨਾ ਜਿਹਦੇ ਬੁਲਾਉਂਦਾ ਉੱਥੇ ਜਾਂਦਾ ਇਨਸਾਨ ਮਗਰ ਜੀ ਆਪਣਾ ਪਰਿਵਾਰ ਦਾ ਕਹਿੰਦੇ ਉਹ ਇਕੱਲੇ ਆਉਂਦੇ ਹੁੰਦੇ ਆਪਦਾ ਪਰਿਵਾਰ ਲੈ ਕੇ ਵੀ ਆਉਂਦਾ ਮੈਂ ਸੰਗਤ ਲੈ ਕੇ ਵੀ ਆਉਂਦਾ ਸੰਗਤ ਕਿੰਨਾ ਚਿਰ ਹੋ ਗਿਆ ਸੰਗਤ ਨੂੰ ਲੈ ਕੇ ਆ ਰਿਹਾ ਬਾਰਾਂ ਸਾਲ ਹੋ ਗਿਆ ਤੇਰਵਾਂ ਸਾਲ ਗਿਆ ਤੁਹਾਨੂੰ ਕਿਵੇਂ ਲੱਗਦਾ ਅੱਜ ਕਿਵੇਂ ਵੀ ਟਰੈਕਟਰਾਂ ਦੇ ਆਏ ਆ ਕੋਈ ਗੱਡੀਆਂ ਦੇ ਆਇਆ ਕੋਈ ਪੁਲਿਸ ਵਾਲਾ ਅਸੀਂ ਪੈਦਲ ਆਏ ਆ ਗੱਡੀ ਲਾਉਣ ਨੂੰ ਬਹੁਤ ਸਹਿਯੋਗ ਅਸੀਂ ਪੈਦਲ ਆਏ ਆ ਜੋ ਸਰਦਾ ਤੁਸੀਂ ਤੁਰ ਕੇ ਆਇਆ ਜੀ ਕੋਈ ਪੈਦਲ ਆਇਆ ਬੰਗਲਾ ਵੀ ਕੋਈ ਸਾਈਕਲ ਤੇ ਆਇਆ ਕੋਈ ਮੋਟਰਸਾਈਕਲ ਤੇ ਕਾਰਾਂ ਤੇ ਜੋ ਜਿਹਦੀ ਸਰਦਾ ਜੀ ਆਈ ਕੋਈ ਮੁਸ਼ਕਲ ਨਹੀਂ ਕਿਸੇ ਦੀ ਕੋਈ ਮਹਾਰਾਜ ਜੀ ਮੱਥਾ ਟੇਕੇ ਅਤੇ ਦਰਸ਼ਨ ਹੋ ਗਏ ਉਹਨਾਂ ਦੇ ਬਹੁਤ ਵਧੀਆ ਦਰਸ਼ਨ ਹੋਏ ਜੀ ਬੜੇ ਜਿਵੇਂ ਅੱਜ ਇੰਨੀ ਰੋਣ ਗਏ ਜੀ ਇਹ ਦੇਖੋ ਕਿੰਨੀ ਪਬਲਿਕ ਤੁਹਾਨੂੰ ਕਿਹੋ ਜਿਹਾ ਲੱਗਦਾ ਪਿਆ ਬਹੁਤ ਵਧੀਆ ਗੱਲ ਹੈ ਮਗਰ ਇੱਦਾਂ ਦੇ ਲੋਕਾਂ ਨੂੰ ਕੀ ਮੈਸੇਜ ਦੇਣੇ ਚਾਹੁੰਦੇ ਹੋ ਕਿ ਦਰਬਾਰ ਸਾਹਿਬ ਲੋਕ ਆਉਣ ਮੱਥਾ ਪਹਿਲੀ ਵਾਰੀ ਆਏ ਹੋ ਕਿ ਅਤੇ ਪਰਿਵਾਰ ਨਾਲ ਆਉਂਦੇ ਹੋ ਆਪਣੇ ਯਾਰ ਦੋਸਤਾਂ ਨਾਲ ਪਰਿਵਾਰ ਨਾਲ ਮਗਰ ਦਰਸ਼ਨ ਰਾਮਨਾ ਹੋ ਗਏ ਇੱਥੇ ਮਗਰ ਇੱਦਾਂ ਦੇ ਲੋਕਾਂ ਨੂੰ ਕੀ ਮੈਸੇਜ ਦੇਣੇ ਚਾਹੁੰਦੇ ਹੋ ਇੱਦਾਂ ਦੇ ਲੋਕਾਂ ਨੂੰ ਕੀ ਮਗਰ ਇਹ ਪੰਜਾਬੀ ਲੋਕ ਦੇ ਭੁੱਲੇ ਪਏ ਆ ਦੋਵੇਂ ਪੰਜਾਬੀ ਲੋਕ ਭੁੱਲੇ ਪਏ ਆ ਜੋ ਵੀ ਨੌਜਵਾਨ ਨਸ਼ਿਆਂ ਲੱਗ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਕੁਛ ਕਹਿਣਾ ਚਾਹੋਗੇ ਮਗਰ ਜੀ ਤੁਹਾਨੂੰ ਵੀ ਪਤਾ ਹੈ ਕਿ ਦੇਖੋ ਜਿਹੜੇ ਹੈਗੇ ਨੌਜਵਾਨ ਹੈਗੇ ਆ ਉਹ ਕਦੀ ਵੀ ਜੇ ਕੋਈ ਨਸ਼ਾ ਕਿਉਂ ਲੱਗ ਗਈ ਉਹਦੇ ਨਸ਼ੇ ਕਿਉਂ ਨਹੀਂ ਘਟਾਏ ਜਾਂਦੇ ਕਿ ਨਸ਼ੇ ਵੀ ਕੋਈ ਬੱਚੇ ਜਿਹੜੇ ਹੈਗੇ ਆ ਬੇਚਾਰੇ ਮਰ ਜਾਂਦੇ ਆ ਜਿਵੇਂ ਕਿ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਆਪਣੀ ਸ਼ਰਧਾ ਨਾਲ ਮਗਰ ਇੱਦਾਂ ਦੇ ਲੋਕਾਂ ਨੂੰ ਕੀ ਮੈਸੇਜ ਹੋਣੀ ਆਪਣੀ ਜਿਹੜੀ ਜਿਵੇਂ ਸੰਗਤਾਂ ਇੰਨੀਆਂ ਹੋਈਆਂ ਇੰਨੀ ਰੋਕ ਲੱਗੀ ਹੈ ਤਾਂ ਕੋਈ ਅੱਜ ਕਿੱਦਾਂ ਦਾ ਇਹਦੇ ਬਾਰੇ ਕੀ ਕਹਿੰਦੇ ਚੱਕਰ ਲੈਣੇ ਮਗਰ ਮੈਡਮ ਜਿਵੇਂ ਤੁਸੀਂ ਆਇਓ ਪਰਿਵਾਰ ਆਇਆ ਆਪਣੇ ਪਰਿਵਾਰ ਨਾਲ ਆਇਓ ਕਿਹੋ ਜਿਹਾ ਲੱਗਦਾ ਪਿਆ ਅੱਜ ਪਬਲਿਕ ਨੂੰ ਕੀ ਮੈਸੇਜ ਦਿਓ ਪਬਲਿਕ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਆਪਣੀ ਸਿੱਖੀ ਨੂੰ ਪਿਆਰ ਵੱਧ ਤੋਂ ਵੱਧ ਆਪਣੀ ਸਿੱਖੀ ਨਾਲ ਜੁੜੇ ਰਹਿਣ ਅਤੇ ਬਾਕੀ ਹਾਂ ਇਹ ਆ